ਸਾਕ ਨਹੀਂ ਗਿਣ ਗਿਆ ਨਾ ਯਾਰ ਮੈਂ ਤਾਂ ਉਹਦਾ ਸਰਦਾ ਬਾਲ ਢੇਰਾ ਸੀ ਮੇਰੇ ਤੋਂ ਚੋਰੀ ਵਜਣਾ ਸੀ ਨਾ ਖਾਲੂ ਜੀ ਹਨ ਜਿਹੜੇ ਵਫਾਤ ਪਾ ਗਏ ਸੱਕੇ ਖਾਲੂ ਜੀ ਜੀ ਖਾਲੂ ਜੀ ਹਨ ਸੱਕੇ ਚਲੋ ਅੱਲਾ ਪਾਕ ਉਹਨਾਂ ਨੂੰ ਜੰਨਤ ਤੇ ਜਾ ਦੇ ਡਿੱਟੇ ਸ਼ਾਦੀ ਦੇ ਨੁਕਸਾਨ ਆ ਪਰਲੀ ਰਾਤੀ 11 ਵਜੇ ਕੋ ਭਜਾਇਆ ਅਜਾ ਇੰਨੇ ਭਜਣਾ ਪਉਂਦਾ ਇੰਨੇ ਭਜਣਾ ਪਉਂਦਾ ਉਹ ਯਾਰ ਭਜ ਲਿਖਾਂ ਯਾਰ ਸ਼ਾਦੀ ਕਰੋ ਅਸਲਾਮ ਵਾਲੇਕੁਮ ਮੈਂ ਖੁਬੈਬ ਰਹਿਮਾਨ ਤੁਹਾਡੇ ਤੇ ਮੇਰਾ ਯੂਟਿਊਬ ਚੈਨਲ ਖੁਬੈਬ ਰਹਿਮਾਨ ਟਾਈਮ ਥਿਆ ਉਹਦੇ ਤਕਰੀਬਨ 11 ਸਾਢੇ 11 12 ਦਾ ਅੱਜ ਸਵੇਰ ਦੇ ਹਾਈ ਸਾਹਿਬ ਮੇਰਾ ਖਿਆਲ ਹੈ ਬਹਾਵਲਪੁਰ ਲੱਗੇ ਗਏ ਰਾਤੀ ਆਪਣਾ ਮੋਟਰਸਾਈਕਲ ਮੈਂ ਗੁੜੇ ਗਏ ਮੈਂ ਦੇ ਆਲਾ 125 ਜਿਹੜਾ ਨਾ ਉਹ ਛੇ ਗਏ ਇਹਦਾ ਸ਼ਾਇਦ ਗਰਾਰੀ ਸੈੱਟ ਵਗੈਰਾ ਖਤਮ ਹੈ ਵੀ ਇਹ ਸਫ਼ਰ ਨਾ ਕਰੇ ਸੀ ਇਹ ਵੈਸੇ ਨਾ ਇਤਨੇ ਲੰਬੇ ਸਫ਼ਰ ਤੇ ਬਹਾਵਲਪੁਰ ਉਹਨਾਂ ਦੇ ਕੋਈ ਰਿਸ਼ਤੇਦਾਰ ਦਾ ਥਾ ਐਕਸੀਡੈਂਟ ਉਹਦੀਆਂ ਲੱਤਾਂ ਛੱਤਾਂ ਟੁੱਟ ਗਈਆਂ ਹਨ ਦੁਆ ਕਰਿਆ ਕਿ ਅੱਲਾ ਪਾਕ ਕੋਈ ਜਲਦ ਸਿਹਤ ਦੇਵੇ ਉਹ ਵੱਲ ਟੁਰਨ ਫਿਰਨ ਦੇ ਕਾਬਿਲ ਥੀ ਵਜੇ ਅਤੇ ਹਾਜ ਸਾਹਿਬ ਜਿੱਥੇ ਹਨ ਖੁਸ਼ ਰਹਿਣ ਥੋੜ੍ਹੀ ਦੇਰ ਤੱਕ ਉਹਨਾਂ ਕੋਲ ਕਾਲ ਕਰੇ ਨੇ ਪੁੱਛਦੇ ਹਾਂ ਵੀ ਪਹੁੰਚ ਗਏ ਹਨ ਕਹਿ ਨਹੀਂ ਪਹੁੰਚ ਗਿਆ ਅੱਲਾ ਪਾਕ ਉਹਨਾਂ ਕੋਈ ਖੈਰ ਨਾਲ ਉੱਥੇ ਪਹੁੰਚਾਵੇ ਫਿਲਹਾਲ ਮੈਂ ਦਾ ਪੀਆਂ ਰਕਬੇ ਹਾਲ ਮੁਬਸ਼ਰ ਭਾਈ ਲਈ ਖੜਾ ਸੀ ਉੱਥਾ ਪਾਣੀ ਚਾਹ ਬਣਵਾਈ ਵਧਾ ਇਹ ਉਵੇਂ ਤਾਂ ਬਣਵਾਈਏ ਸੂਫੀ ਵਾਸਤੇ ਰਸਤੇ ਮੁਬਸ਼ਰ ਕੋ ਪਿਲਾਈ ਜੁਲਦੇ ਹਾਂ ਪਹਿਲੇ ਰਕਬੇ ਤੋਂ ਚੱਕਰ ਲਾਈ ਜੁਲਦੇ ਹਾਂ ਇਹ ਕੁਕਰੇ ਨੇ ਬੰਦ ਮੈਂ ਵੈਸਾਂ ਕਾਰ ਤੇ ਕਿਉਂਕਿ ਸੀਟੀ ਚਲਾਉਣ ਦਾ ਮੇਰਾ ਐਕਸਪੀਰੀਅੰਸ ਕੋਈ ਨਹੀਂ ਇਤਨਾ ਅੱਗੋਂ ਹੈਂ ਟਿੱਬੇ ਉਹ ਨਾ ਹੋਵੇ ਕਿਸੇ ਡੱਠਾ ਪਿਆ ਹੋਵਾਂ ਮੈਂ ਜ਼ਿੰਦਗੀ ਚ ਅੱਜ ਤੱਕ ਇਵੇਂ ਸਮਝੋ ਸੀਟੀ ਨਹੀਂ ਚਲਾਇਆ ਥੋੜ੍ਹਾ ਬਹੁਤ ਚਲਾਇਆ ਇਤਨਾ ਜ਼ਿਆਦਾ ਨਹੀਂ ਚਲਾਇਆ ਇਵੇਂ ਸਮਝੋ ਸਿੱਖਿਆ ਹੀ ਮੈਂ 125 ਤੇ ਅਤੇ ਜ਼ਿੰਦਗੀ ਚਲਾਇਆ ਹੀ 125 ਸਿਰਫ ਜਿਹਨਾਂ ਦੋਸਤਾਂ ਨੇ ਹਾਲ ਤੱਕ ਸਾਰੇ ਚੈਨਲ ਕੋ ਸਬਸਕ੍ਰਾਈਬ ਕੋ ਨਹੀਂ ਕੀਤਾ ਜਲਦੀ ਜਲਦੀ ਮਾਰੋ ਸਬਸਕ੍ਰਾਈਬ ਵੱਲ ਸ਼ੁਰੂ ਕਰਨ ਦੇ ਮੈਂ ਅੱਜ ਦੀ ਮਜ਼ੇਦਾਰ ਵੀਡੀਓ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਗਰਮੀ ਇਤਨੀ ਜ਼ਿਆਦਾ ਹੈ ਨਾ ਅੱਜ ਨਾ ਪੁੱਛੋ ਹਾਲ ਜਿਤਨੀ ਦੇਰ ਬੰਦਾ ਕਾਰ ਵਿੱਚ ਬੰਦਾ ਹੈ ਇੱਥੇ ਤਾਂ ਠੰਡ ਲੱਗਦੀ ਹੈ ਏਸੀ ਦੀ ਜਿਹੜੇ ਬਾਹਰੋਂ ਨਿਕਲਦਾ ਹੈ ਨਾ ਕੋਈ ਇਤਨੀ ਗਰਮੀ ਲੱਗਦੀ ਹੈ ਨਾ ਜਨਾਬ ਕੀ ਹਾਲ ਹੈ ਅੱਜ ਬਹੁਤ ਟਾਈਮ ਨਾਲ ਬੰਦ ਕਰ ਦਿੱਤਾ ਵੀ ਕੀ ਵਜ੍ਹਾ ਪੀਛਾ ਮੁੱਕ ਗਏ ਇਹ ਬੋਰ ਤੇ ਖਰਾਬ ਸੀ ਗਏ ਨਹੀਂ ਨਹੀਂ ਬੋਰ ਤੇ ਮੁੱਕ ਗਿਆ ਪੀਛਾ ਅੱਛਾ ਚਲੋ ਤੇ ਉਹ ਰਾਤੀ ਵਾਰੀ ਨਾਲ ਸਾਰਾ ਪੀਚ ਗਈ ਉਹ ਸਾਈਡ ਉਹ ਪੀਚ ਗਈ ਹੈ ਬਾਗ ਦੇ ਵੀ ਕੋ 7-8 ਹਜ਼ਾਰ ਰੁਪਏ ਲਾ ਗਏ ਵੱਡੇ ਤੇ ਮਤਲਬ ਥੋੜੇ ਜਿਹਾ ਰਹਿ ਗਏ ਉਹ ਚਾਰ ਆਪ ਰਹਿਣ ਨੂੰ ਆ ਕੇ ਮੈਂ ਸਵੇਰੇ ਪਟਾਈ ਕਰਨ ਆਉਣ ਆਉਂਦੇ ਪਾਣੀ ਨਾ ਲਾਵੀਂ ਅੱਛਾ ਅੱਛਾ ਤਾਂ ਮੈਂ ਰਹਿਣ ਵਾਤ ਮੈਂ ਉਹਦੇ ਤਿੱਲੀ ਐਡੂ ਤਰਾ ਕਰ ਪਿਆ ਓਕੇ ਓਕੇ ਮਤਲਬ ਜਿਹੜੇ ਚ ਉਹ ਸੁੱਕੇ ਬੂਟੇ ਪੱਟਣੇ ਨੂੰ ਉਹ ਜਾ ਛੋੜੀਏ ਜੀ ਅੱਜ ਤਿੱਲੀ ਕਿਵੇਂ ਤਿੱਲੀ ਜ਼ਬਰਦਸਤ ਹੈ ਸਪਰੇਅ ਸ਼ੁਰੂ ਕੀਤੀ ਹੈ ਜਾਂ ਹਾਲੀ ਦੇਰ ਹੈ ਸਪਰੇਅ ਹਫ਼ਤੇ ਨਾਲ ਸ਼ੁਰੂ ਕਰੋ ਜਿੱਲੋਂ ਉਹਦੇ ਉਹ ਪਾਸੇ ਜਿਹੜੀ ਤਿੱਲੀ ਆਦ ਹਮੇ ਤਿਆਰ ਥਈ ਗੜੀ ਜਾਂ ਜਿੱਲੋ ਦੇਖ ਗਿਨੋਂ ਦੀ ਕੰਡੀਸ਼ਨ ਕਿਆ ਹੈ ਮਾਸ਼ਾਅੱਲਾ ਸਹੀਂ ਇਹ ਹੈ ਸਾਰੀ ਐਡਵਾਂਸ ਤਿੱਲੀ ਨਾ ਇਹ ਤਕਰੀਬਨ 2-3 ਏਕੜ ਉਹ ਨਾਲ ਵਾਲਾ ਹੈ ਨਾ ਬਈਆ ਇਹਦੇ ਉੱਤੇ ਫਲ ਚੈੱਕ ਕਰੋ ਮਾਸ਼ਾਅੱਲਾ ਇਹ ਸਾਰੀ ਤੇ ਇਹ ਜ਼ਬਰਦਸਤ ਹੈ ਅਤੇ ਕੱਦ ਦੀ ਮੈਰੀ ਦੇ ਬਰਾਬਰ ਹੈ ਤਕਰੀਬਨ ਤਾਂ ਕੋਈ ਇੱਥੋਂ ਆਡਿਆ ਥੀਂਦਾ ਬਈਆ ਉਸੀ ਇਹ ਹੁਣ ਫਲ ਉੱਤੇ ਨਾ ਹਾਂ ਮੈਂ ਬਾਹਰੋਂ ਖੜਾ ਉੱਚਾ ਖੜਾ ਨਾਲ ਉੱਚਾ ਕੜਾ ਨਾਲ ਖੜਾ ਬਾਹਰੋਂ ਵਿੱਚ ਵਾਂਝ ਨਜ਼ਰ ਕਹਿਣਾ ਅਸ ਮਾਸ਼ਾਅੱਲਾ ਫਲ ਲੈਂਦੇ ਤੇ ਪੂਰਾ ਇਹ ਹੁਣ ਤਕਰੀਬਨ ਕੰਪਲੀਟ ਥਈ ਖੜੀ ਹੈ ਨਾ ਇਹ ਹੁਣ ਫਲ ਤਕਰੀਬਨ ਰੋਕੀ ਖੜੀ ਹੈ ਗਰੋਥ ਰੋਕੀ ਖੜੀ ਹੈ ਅੱਗੋਂ ਚੈੱਕ ਕਰੋ ਮਾਸ਼ਾਅੱਲਾ ਸਾਰੀ ਇਵੇਂ ਹੈ ਅਤੇ ਜ਼ਬਰਦਸਤ ਹੈ ਅਲਹਮਦੁਲਿਲਾ ਇਹ ਵਾਰੀ ਤਿੱਲੀ ਦੀ ਫਸਲ ਤਾਂ ਹੈ ਸਾਡੀ ਬਿਹਤਰੀਨ ਦੁਆ ਕਰਾ ਕੇ ਅੱਲਾ ਪਾਕ ਰੰਗ ਲਾਵੇ ਇਨਸ਼ਾਅੱਲਾ ਸਿਰਫ ਰੇਟ ਹੀ ਬਣ ਪਵੇ ਨਾ ਔਸਤ ਚੰਗੀ ਆ ਵਜੇ ਨਾ ਵਾ ਥੋੜ੍ਹਾ ਬਹੁਤ ਰੇਟ ਦਾ ਵਾਧਾ ਘਾਟਾ ਜਿਹੜਾ ਨਾ ਨਿਕਲਿਆ ਪੈਂਦਾ ਅਗਰ ਔਸਤ ਨਾ ਆਵੇ ਨਾ ਵੱਲ ਰੇਟ ਮਾਰ ਦੇ ਪੈਂਦਾ ਔਸਤ ਚੰਗੀ ਆ ਵਜੇ ਤਾਂ ਵੱਲ ਰੇਟ ਸ਼ੇਟ ਦਾ ਕੋਈ ਨਹੀਂ ਔਸਤ ਇਨਸ਼ਾਅੱਲਾ ਸੇ ਮਾਰੀ ਖੁਸ਼ ਕਰੇ ਸੀ ਇਨਸ਼ਾਅੱਲਾ ਬਾਕੀ ਰੇਟ ਆਲੂ ਹਕੂਮਤ ਸਭ ਨਾਰਾਜ਼ ਕਰਨਾ ਹੈ ਇੱਥੋਂ ਵਿੱਚ ਪੜੀ ਇਹ ਥੋੜ੍ਹਾ ਜਿਹਾ ਆਈਡੀਆ ਵਾਸਤੇ ਵਿਊਅਰਸ ਕੋ ਦਿਖਾਵਾਂ ਵੀ ਕਿੰਨਾ ਕੱਦ ਹੈ ਇਹ ਸੇ ਮੁਬਸ਼ਰ ਵਿੱਚ ਵੜਿਆ ਪੈਂਦਾ ਵੇ ਤਿੱਲੀ ਦੇ ਮੇਰੇ ਦੁੱਤੇ ਤੁਹਾਡੇ ਦੁੱਤੇ ਮਾਸ਼ਾਅੱਲਾ ਕਮੈਂਟ 'ਚ ਮਾਸ਼ਾਅੱਲਾ ਲਿਖਾ ਹੈ ਅਤੇ ਦੁਆ ਲਾਜ਼ਮੀ ਕਰਨੀ ਹੈ ਸਾਰੇ ਵਾਸਤੇ ਜ਼ਬਰਦਸਤ ਹੈ ਤਿੱਲੀ ਮਾਸ਼ਾਅੱਲਾ ਓਏ ਗਰਮੀ ਬਹੁਤ ਜ਼ਿਆਦਾ ਹੈ ਅੱਜ ਤਾਂ ਬਸ ਬਣੀ ਖੜੀ ਹਵਾ ਚੱਲਦੀ ਨਹੀਂ ਪਈ ਫਿਰ ਕੀ ਪਸੀਨੋ ਪਸੀਨ ਥੀ ਗਏ ਥੋੜ੍ਹਾ ਜਿਹਾ ਸਫ਼ਰ ਕੀਤਾ ਅੱਜ ਕੱਲ੍ਹ ਆਵਾਮ ਗਾਹ ਕੱਢਣ ਆਉਂਦੀ ਹੈ ਜਾਂ ਬਸ ਠੀਕ ਹੀ ਹੈ ਬਸ ਠੀਕ ਹੈ ਚਲੋ ਸ਼ੁਕਰ ਅੱਜ ਮੈਂ ਤੇਰੇ ਵਾਸਤੇ ਚਾਹ ਬਣਵਾਈ ਵਧਾ ਮੈਂ ਕਿ ਅੱਜ ਜੁਲ ਕੇ ਚਾਹ ਸ਼ਾਹ ਪੀ ਲਵੇ ਨਾ ਤੂੰ ਛੁੱਟੀ ਕੀਤੀ ਖਾਣਾ ਦੁਕਾਨ ਤੇ ਜੁਲ ਕੇ ਪੀਣੇ ਕੁਝ ਬੰਦਿਆਂ ਦੇ ਕਮੈਂਟਸ ਹਨ ਕਿ ਸੂਫੀ ਤੇ ਦੁਕਾਨ ਤੇ ਬਾਸੀ ਤੇ ਜ਼ਿਮੀਦਾਰਾ ਕੌਣ ਸੰਭੇ ਸੀ ਜ਼ਿਮੀਦਾਰਾ ਲਈ ਪਏ ਮੁਬਸ਼ਰ ਦੇ ਜ਼ਿੰਮੇ ਹੁਣ ਇਹ ਰਕਬੇ ਦੀ ਮੈਨੇਜਿੰਗ ਟੋਟਲ ਜਿਹੜੀ ਹੈ ਨਾ ਇਹੀ ਦੇ ਜ਼ਿੰਮੇ ਹੈ ਲੇਬਰ ਹਾਇਰ ਕਰਨੀ ਪਾਣੀ ਲਵਾਉਣਾ ਸਪਰੇ ਸਾਰਾ ਕੁਝ ਇਹ ਸਮੇਂ ਦਾ ਕੀ ਹਾਲ ਹੈ ਮੁੰਡਿਆ ਠੀਕ ਹੈ ਫਿੱਟ ਹੈ ਸਬਜ਼ੀ ਲਈ ਫਿਰਨਾ ਕੀ ਬਾਤ ਹੈ ਤੇਰੀ
ਲਿਖਾਈ ਤੇ ਘੱਟ ਤੋਂ ਅਜਰੇ ਸਲਾਮ ਤੇ ਜ਼ਿਆਦਾ ਹੈ ਕੋਮ ਯਾਰ ਕੀ ਹਾਲ ਹੈ ਕਾਪੀ ਪਿੰਸਲ ਹੀ ਤਾਂ ਮਾਰ ਦੇ ਹੁਣੀ ਦੇ ਕਿਸੇ ਇਲਾਕੇ ਵਾਲਾ ਵਿਲਾਗ ਦੇ ਦੇ ਨੋ ਨਾ ਵੇ ਇਹ ਹੁਣ ਤੁਸੀਂ ਇੱਥਾ ਆਏ ਬਨੇ ਬੰਦਾ ਵਿੱਚ ਵੜਾ ਦੇ ਤੇ ਸਾਫ ਜ਼ਰਾ ਲਿਖਣੀ ਤਾਂ ਇਹ ਕਛ ਨਾ ਕਛ ਹਾਂ ਹਾਂ ਇਹਦੇ ਨਾਲ ਲਿਖ ਦੇ ਕਛ ਨਾ ਕਛ ਕੀ ਹਾਲ ਹੈ ਤੇਰਾ ਠੀਕ ਹੈ मतलब जिवें तू लिख से उवें पैसे मिलने आज ही लंघ गए लगा गए चलो बस थोड़ी देर तक को कॉल करने पूछते हैं भी कितना पहुंचा पहुंच गया को नहीं पहुंचा। अस्सलाम वालेकुम। वालेकुम सलाम भाई जी। वो क्या हाल है सही खैर शुक्र है कितना हो सरकार है? मैं यार भाई तो दस नहीं सकिया मैं तो बाबा जा रहे हो बिरावा में बावलपुर आया मना रोई अच्छा माजरत माजरत केड़े वेले पहुंचे मैं यार बड़ा लेट पहुंचा मैं तो सवेरे पहुंचा 5 बजे किया केड़े वेले आवे तू मैं सवेरे ही आया हूं 12 बजे सही है भाई बिरावा से कोई ना शाम ना बिल्कुल अक्सर रात 9 बजे अच्छा भाई डरा है हवस बहुत ज्यादा आई मैं कह इतने भी दबाना है मट्टी मट्टी स्कूटर पे हवा लवाई ने आए हैं मट्टी मट्टी पर स्कूटर पे हवा लवाई रखी 12 बजे निकल आया थे तो 5 बजे आ गया तो अच्छा रात ही 12 बजे निकले आए घरों घरों वो रात ही 12 बजे चलो ठीक है साकू नहीं गिन गया ना यार मैं तो उधर सर ना मेरे रेने च नहीं रहा ता तो मैं माजरत की दिए हां ठीक है ओके वापसी कडण है वापसी भैया सवेरे परसो ए ना ही बोलो तो कोई गल नहीं ए पिछु केड़ा है वो आदा ना ही वालो तो खैर सर्कल चलता ही था बाल ढेरा सी मेरे तो चोरी वेणा सी ना मैं आदा भी मैं को नाल गिन के भाई जवान राती 12 बजे तो सल मारे हुए मोटरसाइकिल को सवेरे 5 बजे भावलपुर रोई पहुंच गया हिम्मत आई दी है और शौक चढ़े ब्याज 1-5 तो बनना है मसला ये है भी जल्दी निकलो केड़े में 1-5 का सफर करना चलो अच्छा खैर खरिया नल पहुंच गया खैर खरिया नल वापस वाला वे आज ही किले की थी यार तो नहीं बताया भाई यार सानू की पता असी तो जदों आए गए भाई थे आई कोई ना यार हूं मैंने कहा भाई रात मोटरसाइकिल तोड़ी आई चढ़ा बजे 11 बजे था माई कपड़े पांदा वाला पता लगा जाए अच्छा 11 बजे रात निकले हां ए हूं नहीं पता केड़े पासे जाए तेरे वाले जाए या मेरे हाल कोई नहीं गया कोई लड़ाई छड़ाई तो नहीं पई ना ना यार लड़ाई पे बात पता लग बन जाए तेरी शादी का कुछ कीता सु या कोई ना पता नहीं यार तो नहीं पता बस हर गल सारे ते सट्टी आ ए ही आज ही आई आज ही लिटा शादी दे नुकसान आज परली रात 11 बजे को बजाए इन्हें भजना पौंदा है इन्हें भजना पौंदा है ओ यार भाजली सा यार शादी करो भाजली सा है वेरी गुड पिछो आ जा तो आप ऐसे कर सा कर देने करने है शादी ठीक है भैया वाह बात मिलते हैं ठीक है तू बल के नाल जुलदा है ठीक है वाल शाम में चेक कर लेस ठीक है गप लाओ तुसी दूं ठीक है लो अरे 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 आ वेलकम बैक व्यूअर्स टाइम थी द शाम 5:30 दा एक रिश्तेदारों की फौत की थी के नाल अले गांव है थोड़ी देर तक है जनाजा 7:30 बजे फिलहाल अम्मी को छुड़ेने उन्होंने घर वाल असा वैसे शॉप ते शॉप बंद करने दे बाद 7 बजे वैसे जनाजे ते वापसी अम्मी को चाहिए असु सारे दोस्त दुआ कराए उन्होंने वास्ते के अल्लाह पाक मरहूम को जन्नत अल फिरदौस जगह अता फरमावे चलिए चलिए उलसे जनाजे ते जय टाइम थी गए 7:07 अम्मी को छोड़ के आ गया हमें दुकान पे हूँ इतों दुकान बंद कर दी थी 7:30 जनाजा उदा ही निकलते पे जनाजे अल सूफी भाई वजना आए ये कुछ आवन आया नाल चा गए सूफी का करीबी रिश्तेदार आई मरहूम खालू जी हैं जेड़े वफात पा गए सके खालू जी जी खालू जी हैं सके चलो अल्लाह पाक उन्हें जन्नत जा दे दर्जात बुलंद करे अल्लाह व्यूअर्स जनाजा गाज पहुँच आए हैं तो आवाम ढेर सारी है माशाल्लाह खाली टाइम है 15-20 मिनट तकरीबन क्या टाइम थी टाइम थी
7:21 بس 10 منٹ رہ گئے حالی بھئی عوام آسی جنازہ حالی آمنے جنازہ پڑ گئی تھا سے ہن ساری عوام نکل دی گئی امی کچھ آ کے تے گھر نکل دیں اوکے سویرے مل دیں انشاءاللہ انشاءاللہ ویوز آ گئے ہیں واپس گھر ونس اگین اپیل ہے کہ دعا کرنی ہے اللہ پاک مرحوم کو جنت الفردوس جگہ دے اج دی ویڈیو تے تھی اینڈ کرن دے میں ویڈیو پسند آوے تے لائک شیئر کمنٹ لازمی کرنا چینل کو سبسکرائب کرنا ملتے ہیں ایک نئے بلاگ اچ اللہ حافظ کھلا گن کیا بلا ہے ٹانی سکی کھڑی ہے